ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਸਾਰਿਆਂ ਦਾ ਨਵੀਂ ਵੀਡੀਓ ਵਿੱਚ। ਅੱਜ ਆਪਾਂ ਗੱਲ ਕਰਾਂਗੇ ਨਿਊ ਹੋਲੈਂਡ ਦੇ CNH ਦੇ ਓਰਿਜਨਲ ਸਰਾਂਸਰ ਦੀ, ਜਿਹੜਾ ਕਿ ਜਾਲੀ ਵਾਲੇ ਓਰਿਜਨਲ ਸਰਾਂਸਰ ਆ। ਇਹ ਵਿੱਚ ਬਾਈ ਦੇਸੀ ਵੇਚੀ ਜਾਂਦੇ ਆ, ਜਿਹੜੇ ਕਿ 1500-1800 ਦਾ ਆਪਾਂ ਨੂੰ ਮਿਲ ਜਾਂਦਾ। ਤੁਹਾਨੂੰ ਗਾਂ ਸਾਰੀ ਵੀਡੀਓ ਵਿੱਚ ਇਹ ਸਰਾਂਸਰ ਦੀ ਇਕੱਲੀ ਇਕੱਲੀ ਗੱਲ ਦੱਸਾਂਗੇ ਵੀ ਆਪਾਂ ਇਹ ਸਰਾਂਸਰ ਕਿਉਂ ਲਿਆ, ਰੀਜ਼ਨ ਕੀ ਆ, ਆਪਾਂ ਦੇਸੀ ਕਿਉਂ ਨਹੀਂ ਲਿਆ। ਇਹ ਸਰਾਂਸਰ ਦੀ ਪਹਿਲਾਂ ਕੀਮਤ ਦੀ ਗੱਲ ਕਰੀਏ ਤਾਂ ਆਪਾਂ ਨੂੰ ਇਹ ਸਰਾਂਸਰ ਬਾਈ 3000 ਦਾ ਮਿਲਿਆ, ਠੀਕ ਆ। ਬਾਕੀ ਜਿਵੇਂ ਦੁਕਾਨ ਦਾ ਰੇਟ ਹੋਊਗਾ ਤੁਹਾਨੂੰ ਸ਼ਾਇਦ ਉਹ ਬੰਦਾ ਉਸ ਹਿਸਾਬ ਨਾਲ ਲਾਵੇ, ਕਈ ਵਾਰ ਬੰਦਾ ਮਹਿੰਗਾ ਲਾਉਂਦਾ, ਕਈ ਵਾਰ ਸਸਤਾ ਲਾਉਂਦਾ, ਪਰ ਆਪਾਂ ਨੂੰ 3000 ਦਾ ਮਿਲਿਆ ਬਾਈ ਇਹ ਸਤੀਸ਼ ਰਾਏਕੋਟ ਤੋਂ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਇਹਦੀਆਂ, ਜਿਹੜੀਆਂ ਆਸੇ ਪਾਸੇ ਦੋ ਜਾਲੀਆਂ ਪਈਆਂ, ਜਿਹੜਾ ਦੇਸੀ ਸਰਾਂਸਰ ਹੁੰਦਾ ਉਹਦੇ ਜਾਲੀਆਂ ਫਿੱਟ ਲੱਗੀਆਂ ਹੀ ਹੁੰਦੀਆਂ, ਪੂਰਾ ਸਰਾਂਸਰ ਹੀ ਮਿਲ ਜਾਂਦਾ ਆਪਾਂ ਨੂੰ। ਪਰ ਜਿਹੜਾ ਇਹ ਆ ਇਹਦੇ, ਆ ਦੇਖੋ ਪ੍ਰੋਪਰ ਪੈਕਿੰਗ ਆ, ਦੇਖੋ ਧਿਆਨ ਨਾਲ, ਆ ਇਹਦੇ ਲੋਗੋ ਲੱਗੇ ਹੋਏ ਆ ਉੱਤੇ। ਬਾਕੀ ਆ ਦੇਖੋ ਇਹਦੇ ਜਾਲੀ 'ਤੇ ਵੀ ਲੱਗੇ ਹੋਏ ਆ ਮੋਰ, ਮਤਲਬ ਇਕੱਲੀ ਇਕੱਲੀ ਚੀਜ਼ ਓਰਿਜਨਲ ਆ। ਆ ਜਾਲੀ 'ਤੇ ਇੱਧਰ ਦੇਖੋ ਬਾਰਕੋਡ ਲੱਗਿਆ ਹੋਇਆ, ਠੀਕ ਆ ਜੀ। ਅਤੇ ਬਾਕੀ ਆ ਜੋ ਅੱਗੇ ਤੁਹਾਨੂੰ ਫਿੱਟ ਫੁੱਟ ਕਰਕੇ ਦਿਖਾਉਂਦੇ ਹਾਂ, ਪਹਿਲਾਂ ਉਹ ਸਰਾਂਸਰ ਖੋਲ੍ਹਦੇ ਹਾਂ ਪਹਿਲਾਂ ਵਾਲਾ, ਅਤੇ ਇਹਦੇ ਵਿੱਚ ਜਿਹੜਾ ਕਲੈਂਪ ਲੱਗਿਆ ਹੁੰਦਾ 13 ਨੰਬਰ ਨਟ ਵਾਲਾ, ਪਹਿਲਾਂ ਉਹਨੂੰ ਹੱਥ ਪਾਉਂਦੇ ਹਾਂ ਜੋ ਵੀਡੀਓ 'ਚ ਕਾਂ। ਹਾਂਜੀ ਆਹ ਕਲੈਂਪ ਆ ਜੀ 13 ਨੰਬਰ ਵਾਲਾ, ਤੁਸੀਂ ਸਾਹਮਣੇ ਨਟ ਦੇਖ ਸਕਦੇ ਹਾਂ ਦੋ, ਇਹ ਖੋਲ੍ਹ ਕੇ ਇਹਦੇ ਵਿੱਚ ਆਪਾਂ ਸਲਾਂਸਰ ਪਾ ਦੇਣਾ। ਇਹ 'ਚ ਕੋਈ ਮਤਲਬ ਉਹ ਨਹੀਂ ਆਉਂਦਾ ਹੈਗਾ ਵੀ ਇੱਕ ਨਟ ਖੋਲ੍ਹਿਆ ਜਾਂ ਆਪਾਂ ਵਿੱਚ ਫਸਾ ਦਾ ਸਲਾਂਸਰ, ਉੱਦਾਂ ਦਾ ਕੋਈ ਸੀਨ ਨਹੀਂ ਹੈਗਾ। ਜਿਹੜੇ ਬਾਈਆਂ ਕੋਲ ਨਹੀਂ ਹੋਣਾ ਹੈਗਾ ਉਹਨਾਂ ਨੂੰ ਸ਼ਾਇਦ ਪਤਾ ਹੀ ਹੋਊਗਾ ਇਹ ਗੱਲ ਦਾ। ਹੁਣ ਆਪਾਂ ਸਲਾਂਸਰ ਨੂੰ ਖੋਲ੍ਹਾਂਗੇ ਪਹਿਲਾਂ, ਫਿਰ ਇਹਦੀ ਜਗ੍ਹਾ 'ਤੇ ਆਹ ਸਲਾਂਸਰ ਫਿੱਟ ਕਰਾਂਗੇ, ਅਤੇ ਪਹਿਲਾਂ ਉਹਨਾਂ ਨੂੰ ਆਪਾਂ ਅਨਪੈਕਿੰਗ ਕਰ ਦਈਏ। ਆ ਜੋ ਉਸ ਤੋਂ ਬਾਅਦ ਜਿਹੜੇ ਇਹਦੇ ਨਟ ਆ, ਆਹ ਨਟ ਹੈਗਾ ਜੀ 1/2 ਇੰਚੀ ਦੇ, ਅਤੇ ਉਹ ਪਰੇ 1 ਇੰਚੀ ਦਾ ਨਟ ਆ, ਠੀਕ ਆ ਜੀ। ਆਪਾਂ ਦੋ ਨਟ ਲਿਆਂਦੇ ਵੀ ਜਿਹੜਾ ਵੀ ਪਊਗਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਵਾ, ਪਰ ਮੇਰੇ ਹਿਸਾਬ ਨਾਲ 1/2 ਇੰਚੀ ਪਊਗੀ ਕਿਉਂਕਿ ਇਹਦੇ ਵਿੱਚ ਇੰਨੀ ਸਪੇਸ ਨਹੀਂ ਹੁੰਦੀ 1 ਇੰਚ ਜਿੰਨੀ। ਚਲੋ ਹੁਣ ਆ ਜਾਓ ਅੱਗੇ ਦਾ ਆਪਾਂ ਸਲਾਂਸਰ ਦੇ ਕੱਪੜੇ ਕੁੱਪੜੇ ਲਾ ਦਈਏ ਹੁਣ, ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਸਲਾਂਸਰ ਦੀ ਕੁਆਲਿਟੀ। ਆ ਜਾਓ ਅੱਗੇ ਲਿਫਾਫੇ ਖੋਲ੍ਹੇ ਸਲਾਂਸਰ ਦੇ। ਲਓ ਜੀ ਪਹਿਲਾਂ ਹੱਥ ਪਾਇਆ ਆਪਾਂ ਸਲਾਂਸਰ ਨੂੰ। ਇਹ ਥੋੜ੍ਹੀ ਜਿਹੀ ਇਹਦੀ ਪੈਕਿੰਗ ਹੈਗੀ ਆ, ਮਤਲਬ ਟੇਪਾਂ ਟੂਪਾਂ ਜਿਹੀਆਂ ਬਹੁਤ ਲੱਗੀਆਂ ਹੋਈਆਂ ਇਹਦੇ, ਮੈਨੂੰ ਲੱਗਦਾ ਨਹੀਂ ਵੀ ਇਹ ਸੌਖਾ ਹੀ ਖੁੱਲੂਗਾ। ਇਹਨੂੰ ਲਓ ਵੀ ਖੁੱਲ੍ਹ ਗਿਆ, ਖੁੱਲ੍ਹ ਗਿਆ, ਆ ਗਿਆ ਹੱਥ 'ਚ, ਆ ਗਿਆ। ਕਰੋ ਜੀ ਚੈੱਕ, ਦੇਖੋ ਇੱਕ ਤਾਂ ਇਹਦੀ ਫਸਟ ਕਾਪੀ ਆਉਂਦੀ ਹੈ, ਠੀਕ ਹੈ ਜੀ। ਇੱਕ ਇਹ ਸਲਾਂਸਰ ਆਉਂਦਾ ਜਿਹੜਾ ਕਿ ਓਰਿਜਨਲ ਆ, ਦੇਖੋ ਪੈਕਿੰਗ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਹੈ ਸਲਾਂਸਰ ਦੀ, ਕਿਸੇ ਪਾਸੇ ਕੋਈ ਝਰੀਟ ਨਹੀਂ, ਕਿਸੇ ਪਾਸੇ ਕੋਈ ਮਿੱਟੀ ਘੱਟਾ ਨਹੀਂ, ਕੁਛ ਨਹੀਂ ਹੈਗਾ। ਰੰਗ ਦੀ ਕੁਆਲਿਟੀ ਚੈੱਕ ਕਰੋ ਤੁਸੀਂ, ਮੈਟ ਰੰਗ ਆ ਜੀ ਕਾਲਾ। ਲਓ ਕਰੋ ਚੈੱਕ, ਅਤੇ ਹੁਣ ਇਸ ਤੋਂ ਬਾਅਦ ਆਪਾਂ ਹੁਣ ਜਾਲੀ ਪੱਟਾਂਗੇ। ਲਓ ਜੀ ਹੁਣ ਜਾਲੀ ਦੀ ਪੈਕਿੰਗ ਦੇਖ ਲਓ, ਤੁਹਾਨੂੰ ਜਾਲੀ ਦੀ ਪੈਕਿੰਗ ਵੀ ਦਿਖਾ ਦਿੰਦੇ ਹਾਂ। ਪ੍ਰੋਪਰ ਪੈਕਿੰਗ ਕਰਕੇ ਆਉਂਦੀ ਹੈ ਚੀਜ਼, ਐਂ ਨਹੀਂ ਗਾ ਵੀ ਦੇਸੀ ਜੇ ਕੰਮ ਵਾਂਗੂ ਵੀ ਉਈਂ ਦੇਤੀ ਚੱਕ ਕੇ ਉਈਂ ਪੈਕਿੰਗ ਮਾੜੀ ਜਿਹੀ ਕਰਤੀ। ਪ੍ਰੋਪਰ ਪੈਕਿੰਗ ਆ, ਚੈੱਕ ਕਰੋ। ਅਤੇ ਹੁਣ ਤੁਹਾਨੂੰ ਜਾਲੀ ਦਾ ਰੰਗ ਵੀ ਦਿਖਾਉਂਦੇ ਹਾਂ, ਅਤੇ ਜਾਲੀ ਦਾ ਡਿਜ਼ਾਇਨ ਜਿਹੜਾ ਕਿ ਓਰਿਜਨਲ ਦਾ ਆਉਂਦਾ। ਲਓ ਜੀ ਕਰੋ ਚੈੱਕ,
ਹਾਂਜੀ ਲਓ ਜੀ ਕਰੋ ਚੈੱਕ ਸਲਾਂਸਰ, ਇਹਦੇ ਆਪਾਂ ਨੜ ਨੁੜ ਸਾਰੇ ਕੱਸਦੇ ਆ, ਬਸ ਹੁਣ ਇਹ ਫਿੱਟ ਪਟਈਆ ਕਰਾਂਗੇ ਆਪਾਂ ਸਲਾਂਸਰ ਦਾ, ਕਲੈਂਪ ਕਲੁੰਪ ਵੀ ਖੋਲ੍ਹ ਲਏ ਸੀ, ਅਤੇ ਪੇਂਟ ਚੈੱਕ ਕਰੋ ਬਸ ਤੁਸੀਂ ਪਹਿਲਾਂ ਜੀ ਇਹਦਾ। ਲਓ ਵੀ ਸਲਾਂਸਰ ਆਪਾਂ ਉੱਪਰੋਂ ਰੱਖਤਾ ਅਤੇ ਹੁਣ ਇਹਦਾ ਕਲੈਂਪ ਕੱਸਣਾ ਰਹਿ ਗਿਆ, ਅਤੇ ਹੁਣ ਕਲੈਂਪ ਆਪਾਂ ਕੱਸਦੇ ਹਾਂ ਇਹਦਾ। ਆਹ ਦੇਖੋ ਜੀ, ਆਹ ਹੁੰਦਾ ਕਲੈਂਪ, 13 ਨੰਬਰ ਦਾ ਨਟਾਂ ਵਾਲਾ ਕਲੈਂਪ ਆ ਇਹ, 13 ਨੰਬਰ ਚਾਬੀ ਲੱਗਦੀ ਹੁੰਦੀ ਹੈ ਇੱਥੇ। ਬਾਕੀ ਜੁੜੇ ਰਹੋ ਵੀਡੀਓ ਨਾਲ, ਤੁਹਾਨੂੰ ਐਂਡ 'ਤੇ ਆਵਾਜ਼ ਵੀ ਦਿਖਾਵਾਂਗੇ ਸਲਾਂਸਰ ਦੀ। ਆ ਜਾਓ, ਓਕੇ। ਲਓ ਜੀ ਹੁਣ ਤੁਸੀਂ ਨਾ ਪਹਿਲਾਂ ਇਹਦੀ ਕੁਆਲਿਟੀ ਚੈੱਕ ਕਰੋ, ਰੰਗ ਦੀ ਸ਼ਾਈਨ ਵਿੱਚ ਹੀ ਮੈਟ ਵੀ ਆ ਅਤੇ ਸ਼ਾਈਨ ਵੀ ਆ, ਜਿਹੜੀ ਕਿ ਇਹਦੀ ਗਰੰਟੀ ਆ ਰੰਗ ਦੀ। ਹੁਣ ਆਪਾਂ ਤੁਹਾਨੂੰ ਇੱਕ ਵਾਰੀ ਇਹਦੀ ਸਟਾਰਟ ਕਰਕੇ ਦਿਖਾਉਂਦੇ ਹਾਂ ਰੇਟਰ ਨੂੰ, ਇਹਦੀ ਆਵਾਜ਼ ਚੈੱਕ ਕਰਾਉਂਦੇ ਤੁਹਾਨੂੰ। ਲਓ ਜੀ ਕਈ ਵਾਰ ਇਹਦੀ ਡਿਮਾਂਡ ਹੁੰਦੀ ਵੀ ਸੀਟੀ ਸੁਣੀ ਜਾਵੇ ਸਾਨੂੰ, ਇਹ ਸਲਾਂਸਰ ਦੀ ਮੈਂ ਗੱਲ ਦੇਖੀ ਆ, ਸੀਟੀ ਜਿਹੜੀ ਉਹ ਸੁਣ ਰਹੀ ਹੈ ਚਾਹੇ ਚੋਕ ਰਿਹਾ ਸੋਵੇ, ਠੀਕ ਹੈ ਜੀ, ਤਾਂ ਵੀ ਸੀ 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 ਕਰੀ ਜਾਂਦਾ ਰੇਟਰ। ਸੀਟੀ ਚੈੱਕ ਕਰੋ ਰੇਟਰ ਦੀ ਖੜ੍ਹੇ ਦੀ ਵੀ, ਬਾਕੀ ਹੋਰ ਵੀ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਹੁਣ ਮਿਲਦੇ ਹਾਂ ਗਾਂ ਵਾਲੀ ਵੀਡੀਓ ਵਿੱਚ। ਧੰਨਵਾਦ ਜੀ ਸਾਰਿਆਂ ਦਾ।